ਸਾਨੂੰ ਸੰਗਤ ਲੈ ਕੇ ਗਿਆ ਇਹ ਬੱਚਾ ਨੇ ਵਾਪਸ ਨਹੀਂ ਆਇਆ। ਇਸ ਭੈਣ ਦਾ ਵੀਰ ਮਰ ਚੁੱਕਿਆ ਹੈ। ਰੋ ਰੋ ਕੇ ਦੁਹਾਈਆਂ ਪਾ ਰਹੀ ਅਤੇ ਉਸਦੇ ਨਿੱਕੇ ਨਿੱਕੇ ਬੱਚਿਆਂ ਵੱਲ ਦੇਖ ਕੇ ਉਸਨੂੰ ਹੋਸ਼ ਨਹੀਂ ਆ ਪਾ ਰਹੀ ਕਿ ਆਖਿਰਕਾਰ ਇਹਨਾਂ ਦਾ ਭਵਿੱਖ ਕੀ ਹੋਵੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸਦਾ ਭਰਾ ਸੰਗਤ ਨੂੰ ਲੈ ਕੇ ਮੱਥਾ ਟੇਕਣ ਦੇ ਲਈ ਗਿਆ ਸੀ, ਪਰ ਵਾਪਸੀ ਦੇ ਸਮੇਂ ਇੰਨਾ ਦਰਦਨਾਕ ਹਾਦਸਾ ਹੋਇਆ ਕਿ ਗੱਡੀ ਦੇ ਦੋ ਟੋਟੇ ਹੋ ਗਏ। ਇੱਕੋ ਝਟਕੇ ਦੇ ਵਿੱਚ ਪੰਜ ਜ਼ਿੰਦਗੀਆਂ ਤਬਾਹ ਹੋ ਗਈਆਂ, ਪੰਜ ਜਾਣਿਆਂ ਦੀ ਜਾਨ ਚਲੀ ਗਈ, ਜਦੋਂ ਕਿ ਅੱਠ ਹੋਰ ਜ਼ਖਮੀ ਹੋ ਗਏ। ਮੇਰਾ ਬ੍ਰਦਰ ਸੀ ਦੀਪਕ ਕੁਮਾਰ, ਜਿਹੜਾ ਵੀਰਵਾਰ ਨੂੰ ਸੰਗਤ ਲੈ ਕੇ ਗਿਆ, ਇਹ ਬੱਚਾ ਨੇ ਵਾਪਸ ਨਹੀਂ ਆਇਆ। ਨਿੱਕੇ ਨਿੱਕੇ ਬੱਚੇ ਆ, ਨਿੱਕੀ ਘਰ ਵਾਲੀ, ਨਿੱਕੀ ਨਿੱਕੀ ਉਮਰ ਚ ਹੋਏ ਵਿਧਵਾ, ਸਾਡੇ ਕੋਲ ਇੰਨੀ ਗੁੰਜਾਇਸ਼ ਸੀ, ਉਹ ਹੀ ਪਾਲਦਾ ਸੀ ਆਪਦੇ ਬੱਚਿਆਂ ਨੂੰ। ਸਾਡੇ ਬੱਚਿਆਂ ਨਿੱਕੇ ਨਿੱਕੇ, ਇੱਕ ਦੋ ਸਾਲ ਦਾ, ਇੱਕ ਤਿੰਨ ਸਾਲ ਦਾ, ਗੁੜੀਆ ਪੰਜ ਸਾਲ ਦੀ ਆ, ਸਾਡੇ ਤੋਂ ਨਹੀਂ ਸਾਂਭੇ ਜਾਂਦੇ। ਜਿੰਨੀ ਮਦਦ ਹੋ ਸਕੇ ਸਾਨੂੰ ਕਰੋ, ਅਸੀਂ ਕੀ ਮੰਗਦੇ। ਕੋਟਕਪੁਰਾ ਮੋਗਾ ਸੜਕ 'ਤੇ ਸਥਿਤ ਕਰੀਬ 12 ਕਿਲੋਮੀਟਰ ਦੂਰ ਪਿੰਡ ਪੰਜਗਰਾਈ ਖੁਰਦ ਦੇ ਨੇੜੇ ਭਿਆਨਕ ਹਾਦਸਾ ਵਾਪਰਿਆ, ਜਿੱਥੇ ਮਰਾੜ ਕਲਾਂ ਤਹਿਸੀਲ ਬਰੀਵਾਲਾ ਮੁਕਤਸਰ ਸਾਹਿਬ ਦੇ ਦੋ ਔਰਤਾਂ ਸਮੇਤ ਪੰਜ ਜਾਣਿਆਂ ਦੀ ਜਾਨ ਚਲੀ ਗਈ। ਇਸ ਦੇ ਵਿੱਚ 8 ਜਾਣੇ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਦੇ ਬਾਰੇ ਹਲੇ ਵੀ ਇਹੀ ਆਸਰੇ ਲਗਾਏ ਜਾ ਰਹੇ ਨੇ ਕਿ ਉਹ ਕਿਸੇ ਤਰ੍ਹਾਂ ਦੇ ਨਾਲ ਠੀਕ ਹੋ ਜਾਣ। ਮਰਨ ਵਾਲਿਆਂ ਦੇ ਵਿੱਚ ਦੋ ਔਰਤਾਂ ਸਮੇਤ ਤਿੰਨ ਨੌਜਵਾਨ ਸ਼ਾਮਿਲ ਨੇ। ਦੱਸ ਦਈਏ ਕਿ ਇਹ ਸਾਰੇ ਸ਼ਰਧਾਲੂ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਨੇੜਲੇ ਪਿੰਡ ਨਿਗਾਹੇ ਵਾਲੇ ਪੀਰ ਦੀ ਜਗ੍ਹਾ 'ਤੇ ਚੌਂਕੀ ਭਰ ਕੇ ਵਾਪਸ ਪਰਤ ਰਹੇ ਸਨ। ਅੱਧੀ ਰਾਤ ਕਰੀਬ 2 ਵਜੇ ਇਹਨਾਂ ਦਾ ਵਾਹਨ ਛੋਟਾ ਹਾਥੀ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਘੋੜੇ ਟਰਾਲੇ ਦੀ ਲਪੇਟ ਦੇ ਵਿੱਚ ਆ ਗਿਆ ਅਤੇ ਹਾਦਸਾ ਗ੍ਰਸਤ ਹੋਇਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਘੋੜੇ ਟਰਾਲੇ ਨੇ ਛੋਟੇ ਹਾਥੀ ਨੂੰ ਕਬਾੜ ਦੇ ਵਿੱਚ ਤਬਦੀਲ ਕਰ ਦਿੱਤਾ। ਮੌਕੇ 'ਤੇ ਪਹੁੰਚਦਿਆਂ ਹੀ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹ ਵਾਹਨ ਦਾ ਕਿਸੇ ਨੇ ਖੋਲ੍ਹ ਕੇ ਪੁਰਜਾ ਪੁਰਜਾ ਕਰ ਦਿੱਤਾ ਹੋਵੇ। ਸਾਰੇ ਹੀ ਮ੍ਰਿਤਕ ਅਤੇ ਜ਼ਖਮੀ ਪਿੰਡ ਮਰਾੜ ਕਲਾਂ ਤਹਿਸੀਲ ਬਰੀਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਦੱਸੇ ਜਾ ਰਹੇ ਨੇ। ਜਾਣਕਾਰੀ ਇਹ ਵੀ ਮਿਲੀ ਹੈ ਕਿ 13 ਸ਼ਰਧਾਲੂ ਇਸ ਦੇ ਵਿੱਚ ਸਵਾਰ ਸਨ, ਜਿਨ੍ਹਾਂ ਦੇ ਵਿੱਚੋਂ 3 ਨੇ ਮੌਕੇ 'ਤੇ ਹੀ ਦਮ ਤੋੜਿਆ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਕੋਟਕਪੂਰਾ ਵਿਖੇ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਰੈਫਰ ਕੀਤਾ। ਇੱਥੇ ਦੋ ਔਰਤਾਂ ਨੇ ਦਮ ਤੋੜਿਆ ਅਤੇ ਮ੍ਰਿਤਕਾਂ ਦੀ ਗਿਣਤੀ ਇਸ ਤੋਂ ਬਾਅਦ 5 ਹੋ ਗਈ। ਹਸਪਤਾਲ ਵਿਖੇ ਗਮਗੀਨ ਮਾਹੌਲ ਦੇ ਵਿੱਚ ਗੱਲਬਾਤ ਕਰ ਰਹੇ ਵਾਰਸਾਂ ਦੇ ਮੁਤਾਬਕ 36 ਸਾਲਾ ਵਿਆਹੁਤਾ ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ, 43 ਸਾਲਾ ਵਿਆਹੁਤਾ ਕਰਮਜੀਤ ਕੌਰ ਪਤਨੀ ਸੁਖਚੈਨ ਸਿੰਘ, ਉਸਦੇ ਸਮੇਂ ਸੁਖਦੇਵ ਰਾਜ 38 ਸਾਲ, ਲਵਪ੍ਰੀਤ ਉਮਰ 28 ਸਾਲ ਅਤੇ ਦੀਪੂ 24 ਸਾਲ, 3 ਲੜਕੀਆਂ ਦੀ ਵੀ ਹਾਦਸੇ ਦੇ ਵਿੱਚ ਦੁਖਦਾਈ ਜਾਨ ਗਈ ਹੈ। ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਜਦੋਂ ਵੱਡੇ ਵੱਡੇ ਆਗੂ ਪਹੁੰਚਣੇ ਹੋਏ ਤਾਂ ਉਹਨਾਂ ਦੀਆਂ ਵੀ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਪਏ। ਅਜਿਹਾ ਵੱਡਾ ਹਾਦਸਾ ਹੋਇਆ
ਕਿਉਂਕਿ ਜ਼ਖਮੀਆਂ ਦੇ ਵਿੱਚ 4 ਮਾਸੂਮ ਬੱਚੇ ਵੀ ਸ਼ਾਮਿਲ ਨੇ। ਘਟਨਾ ਜੀ, ਅੱਗੋਂ ਟਰੱਕ ਆ ਰਿਹਾ ਸੀ ਤੇ ਇਹਨਾਂ ਨੇ ਟਰੱਕ ਬਾਹਲਾ ਡਿੱਗਣ ਤੇ ਇਹਨਾਂ ਨੇ ਇੱਕ ਟਰੱਕ ਨੂੰ ਵੇਖਿਆ ਹੱਥੀ ਸਾਈਡ 'ਤੇ ਰੋਕ ਲਿਆ ਜੀ, ਖੱਚੇ ਲਾ ਲਿਆ ਜੀ ਅਤੇ ਬਸ ਉਹ ਜਦੋਂ ਟਰੱਕ ਨੇੜਿਆ ਤੇ ਇਹਨਾਂ ਨੇ ਟਰੱਕ ਨੇ ਉਤਰਨ ਦਾ ਮੌਕਾ ਨਹੀਂ ਦਿੱਤਾ ਜੀ। ਅਤੇ ਵਿੱਚ ਆ ਕੇ ਪਹਿਲਾਂ ਅੱਗੇ ਵੱਜੇ, ਫਿਰ ਬਾਡੀ ਨਾਲ ਟਕਰਾਇਆ, ਉਹਦੇ ਬਾਡੀ ਟੁੱਟ ਕੇ ਪਾਸੇ ਟੁੱਟ ਕੱਢੇ ਗਈ ਵਿੱਚੇ ਸੀ ਸਾਰੇ ਜੀ। ਅਤੇ ਉਹ ਇੱਕ ਦੀ ਤਾਂ ਸੱਥ ਹੋ ਗਈ ਥਾਂ 'ਤੇ ਜੀ, ਅਤੇ ਬਾਕੀ ਪਹਿਲਾਂ ਸਾਰੇ ਜ਼ਖਮੀ ਸੀ ਗਈ, ਫਿਰ 3-4 ਜਣਿਆਂ ਦੀ ਹੋਰ ਮੌਤ ਹੋ ਗਈ, ਇੱਕ ਦੀ ਮੰਜ਼ੀ ਹੋ ਗਈ। ਤੁਹਾਡੇ ਪਰਿਵਾਰ ਵਿੱਚ ਕੌਣ ਕੌਣ, ਕਿੰਨੇ ਭੈਣ ਭਰਾ? ਅਸੀਂ 2 ਭਰਾ ਜੀ ਬਸ। ਕੀ ਕੰਮ? ਕਬਾੜ ਦਾ ਕੰਮ ਕਰਦੇ ਜੀ। ਸਰਕਾਰ ਤੋਂ ਕੀ ਮਦਦ? ਬਸ ਸਰਕਾਰ ਤੋਂ ਮੰਗਦੇ ਜਿਹੜੇ ਜ਼ਖਮੀ ਉਹਨਾਂ ਦੀ ਮਦਦ ਕੀਤੀ ਜਾਵੇ, ਬਾਕੀ ਹੋਰ ਬੰਦੀ